الحمد لله وكفى والسلام على عباده الذين اصطفى اللهم صل على محمد وعلى آل محمد صلى الله عليه وسلم كما صليت على إبراهيم وعلى آل إبراهيم إنك حميد مجيد اللهم بارك على محمد وعلى آل محمد صلى الله عليه وسلم كما باركت على إبراهيم وعلى آل إبراهيم إنك حميد مجيد رب اشرح لي صدري ويسر لي أمري واحلل عقدة من لساني يفقهوا قولي رب زدني علما رب زدني علما أعوذ بالله السميع العليم من الشيطان الرجيم بسم الله الرحمن الرحيم إنما يريد الله ليذهب عنكم الرجس أهل البيت ويطهركم تطهيرا किसी की सरबुलंदी में कोई तो राज होता है, समझ में जो नहीं आता वही एजाज होता है, और जहाँ पे हद खत्म होती है हुस्न यूसुफ की वहीं से तो हुस्न मोहम्मद का आगाज होता है। मेरा नबी अंज सज्जे नबियां सारियां दे विच जिवें चन पिया सजदा है तारियां दे विच तेरी मुट्ठी विच की अबू जाल पुछदा दिती रोड़ा ने गवाइया लोकां सारियां दे विच मेरा नबी इंज सजे नबियां सारियां दे विच जिवें चन पिया सजदा है तारियां दे विच अल्लाह ताला दी हमद सना तो बाद दरूद सलाम सैयदुल कौनैन रसूल शकलैन इमामुल अंबिया इमामुल हुदा साकी कौसर शाफ़ी माशर सारी कायनात दे सरदार जनाब मुहम्मद रसूलुल्लाह सारे दोस्त अहबाब पूरी मोहब्बत नाल पूरे जौक नाल और पूरे शौक नाल दरूद पाक पढ़ो और बावाज़े बुलंद पढ़ो सरकार मदीना जनाब मुहम्मद रसूलुल्लाह अजे तक भी मज़ा नहीं आया। मैं कोई लंबा चौड़ा खिताब नहीं करना, इंशाअल्लाह 35 से 40 मिनट में अपनी गल मुकावांगा। मैं दरख्वास्त करना जो दोस्त पिछे तशरीफ फरमा ने थोड़ा जहा करीब आज असी तकरीबन 150 किलोमीटर या इस तो भी कमो पेश सफ़र करके आए हैं ते तुसी तुहाडे कोल आया तुसी फिर भी दूर हैगे हो ते ये कोई इंसाफ नहीं हैगा। तुहाडे चेहरे की ज़ियारत हो जाएगी,
ਆਜੋ ਆਜੋ ਮਾਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਖੁਸ਼ ਰੱਖੇ ਅੱਜ ਜਿਹੜੇ ਦੋਸਤ ਤਸ਼ਰੀਫ ਫਰਮਾਓ ਥੋੜ੍ਹਾ ਜਾਗੇ ਅੱਗੇ ਸਾਰੇ ਥੋੜ੍ਹਾ ਜਿਹਾ ਹਿਲਜੁਲ ਕਰ ਲਓ ਨਾ ਬੰਦਾ ਐਕਟਿਵ ਹੋ ਜਾਂਦਾ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਥੋੜ੍ਹਾ ਥੋੜ੍ਹਾ ਮਾਸ਼ਾਅੱਲਾ ਅੱਗੇ ਹੋ ਅੱਲਾਹ ਤੁਹਾਨੂੰ ਖੁਸ਼ ਰੱਖੇ ਸਲਾਮਤ ਰੱਖੇ ਭਾਈਓ ਅਜ਼ੀਜ਼ ਸਾਥੀਓ ਰਸੂਲ ਪਾਕ ਅਲੈਹਿ ਸਲਾਤੁ ਵਸਲਾਮ ਦੀ ਮੈਂ ਹਦੀਸ ਪਾਕ ਤੁਹਾਨੂੰ ਸੁਣਾਵਾਂ ਕਿ ਜਦੋਂ ਵੀ ਅੱਲਾਹ ਪਾਕ ਦੇ ਘਰਾਂ ਦੇ ਅੰਦਰ ਕੋਈ ਐਸੀ ਮਹਿਫਲ ਦਾ ਇਨਕਾਦ ਹੁੰਦਾ ਹੈ ਕੁਰਾਨ ਸੁਨਤ ਦੀ ਆਵਾਜ਼ ਦਾ ਮਹਿਫਲ ਦਾ ਇਨਕਾਦ ਹੁੰਦਾ ਹੈ ਅਤੇ ਤੁਸੀਂ ਜਦੋਂ ਤਸ਼ਰੀਫ ਲੈ ਕੇ ਆਉਂਦੇ ਹੋ ਤਾਂ ਅੱਲਾਹ ਪਾਕ ਦੇ ਫਰਿਸ਼ਤੇ ਉਹਨੂੰ ਆਸੋਂ ਪਾਸੋਂ ਘੇਰਾ ਪਾ ਲੈਂਦੇ ਨੇ ਸਾਰੀ ਮਹਿਫਲ ਸੁਣਦੇ ਨੇ ਇਹ ਤਫਸੀਲੀ ਹਦੀਸ ਹੈ ਪਾ ਕੇ ਜਦੋਂ ਇਹ ਮਹਿਫਲ ਖਤਮ ਹੋਏਗੀ ਨਾ ਇਨਸ਼ਾਅੱਲਾ 72 ਸਹੀਵਾਲ ਦੀ ਅਤੇ ਉਦੋਂ ਅਸੀਂ ਘਰ ਨੂੰ ਜਾਵਾਂਗੇ ਅਤੇ ਜਿਹੜੇ ਫਰਿਸ਼ਤੇ ਸਾਡੇ ਇਰਦ ਗਿਰਦ ਮੌਜੂਦ ਨੇ ਇਹ ਆਸਮਾਨ ਵੱਲ ਜਾਣ ਤਾਂ ਅੱਲਾਹ ਪਾਕ ਇਹਨਾਂ ਕੋਲੋਂ ਪੁੱਛਣਗੇ ਅਤੇ ਫਿਰ ਸਾਰੀ ਗੱਲ ਸੁਣਾਉਣਗੇ ਤਾਂ ਅੱਲਾਹ ਪਾਕ ਫਰਮਾਉਣਗੇ ਮੇਰੇ ਫਰਿਸ਼ਤੇ ਤੁਸੀਂ ਗਵਾਹ ਹੋ ਜਾਓ ਉਹ ਜਿਤਨੇ ਬੰਦੇ ਆਏ ਸਨ ਮੈਂ ਅੱਲਾਹ ਕਰੀਮ ਨੇ ਸਾਰਿਆਂ ਨੂੰ ਮਾਫ਼ ਫਰਮਾ ਦਿੱਤਾ ਐਡਾ ਵੱਡਾ ਇਨਾਮ ਲੈਣ ਆਇਆ ਅਤੇ ਫਿਰ ਵੀ ਢਿੱਲੇ ਢਿੱਲੇ ਬੈਠੇ ਹੋ ਸੁਭਾਨ ਅੱਲਾਹ ਵੀ ਇੰਝ ਜਾਂਦੇ ਹੋ ਵੀ ਜਿਵੇਂ ਮੌਲੀ ਸਾਹਿਬ ਨਾ ਮੌਲੀ ਸਾਹਿਬ ਨੂੰ ਕੋਈ ਬਹੁਤਾ ਫਾਇਦਾ ਹੈਗਾ ਸੁਭਾਨ ਅੱਲਾਹ ਦਾ ਵੀ ਫਾਇਦਾ ਇਨਸ਼ਾਅੱਲਾ ਤੁਹਾਨੂੰ ਹੈ ਕਹੋ ਇਨਸ਼ਾਅੱਲਾ ਅਤੇ ਦਰੂਦ ਪਾਕ ਰਸੂਲ ਪਾਕ ਦੇ ਪੜ੍ਹਨ ਦਾ ਵੀ ਫਾਇਦਾ ਤੁਹਾਨੂੰ ਹੈਗਾ ਮੇਰੀ ਗੁਫ਼ਤਗੂ ਜਿਹੜੀ ਮੈਂ ਕਰਾਂਗਾ ਹੋ ਸਕਦਾ ਤੁਹਾਨੂੰ ਉਹਦੀ ਸਮਝ ਆਏ ਨਾ ਆਏ ਜਾਂ ਉਹਦੇ 'ਤੇ ਤੁਸੀਂ ਅਮਲ ਕਰ ਸਕੋ ਜਾਂ ਅਮਲ ਨਾ ਕਰ ਸਕੋ ਇਨਸਾਨ ਹੈ ਨਾ ਭੁੱਲਣਾ ਆ ਰਹੇ ਲੇਕਿਨ ਜਿਹੜਾ ਤੁਸੀਂ ਦਰੂਦ ਪਾਕ ਪੜ੍ਹਦੇ ਰਹੋਗੇ ਸੁਭਾਨ ਅੱਲਾਹ ਕਹਿੰਦੇ ਰਹੋਗੇ ਬੇਦਾਰ ਹੋ ਕੇ ਹਜ਼ੂਰ ਦੀਆਂ ਬਾਤਾਂ ਰੱਬ ਦੇ ਕੁਰਾਨ ਦੀਆਂ ਆਯਾਤ ਸੁਣੋਗੇ ਨਾ ਇਨਸ਼ਾਅੱਲਾ ਅੱਲਾਹ ਤੁਹਾਡੇ ਨਾਮਾ ਆਮਾਲ ਹੀ ਪਾ ਕੇ ਅੱਲਾਹ ਤੁਹਾਡੇ ਗੁਨਾਹਾਂ ਨੂੰ ਮਾਫ਼ ਫਰਮਾ ਦੇ ਤਾਂ ਭਾਈਓ ਅਜ਼ੀਜ਼ ਸਾਥੀਓ ਮੇਰੇ ਜ਼ਿੰਮੇ ਮੇਰੇ ਅਹਬਾਬ ਸਾਥੀਆਂ ਨੇ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਅਹਲੇ ਬੈਤ ਦਾ ਜ਼ਿਕਰ ਇਸ ਹਵਾਲੇ ਨਾਲ ਮੌਜੂ ਲਗਾਇਆ ਤਾਂ ਇਹ ਬੁਨਿਆਦੀ ਬਾਤ ਸਮਝ ਲਓ ਅਹਲੇ ਹਦੀਸ ਦਾ ਇਹ ਅਕੀਦਾ ਹੈ ਕਿ ਜਿਹਦਾ ਹਜ਼ੂਰ ਦੇ ਅਹਲੇ ਬੈਤ ਨਾਲ ਪਿਆਰ ਨਹੀਂ ਉਹਦੇ ਕਲਮੇ 'ਤੇ ਇਤਵਾਰ ਇੱਥੇ ਬੋਲਣ ਦੀ ਆਦਤ ਹੈ ਰਿਵਾਜ਼ ਹੈ ਨਾ ਵੀ ਮੌਲੀ ਬੁਲਾਏ ਬੋਲ ਲੈਂਦੇ ਹੋ ਨਾ ਇਲਾਕਿਆਂ ਦਾ ਰਿਵਾਜ਼ ਹੁੰਦਾ ਮੈਂ ਕਿਹਾ ਤੁਹਾਡਾ ਰਿਵਾਜ਼ ਨਾ ਹੋਏ ਅਤੇ ਇਹ ਨਾ ਹੋਵੇ ਤੁਹਾਡਾ ਰਿਵਾਜ਼ ਟੁੱਟ ਜਾਏ ਅਤੇ ਜੇ ਰਿਵਾਜ਼ ਹੈ ਨਾ ਤਾਂ ਫਿਰ ਮੇਰੇ ਨਾਲ ਤੁਹਾਨੂੰ ਬੋਲਣਾ ਪੈਣਾ ਅੱਲਾਹ ਤੁਹਾਨੂੰ ਬੋਲਣ ਦੀ ਤੌਫੀਕ ਦੇ ਦੇ ਯਾਰ ਨਾ ਗਾਲੀਆਂ ਕੱਢਦੇ ਇੱਕ ਨੁੱਕਰ ਤੋਂ ਕੱਢੀਏ ਪਿੰਡ ਦੀ ਦੂਜੀ ਨੁੱਕਰ 'ਤੇ ਜਾਂਦੀ ਹੈ ਇੱਕ ਚੌਕ ਤੋਂ ਦੂਜੇ ਚੌਕ 'ਤੇ ਪਹੁੰਚਦੀ ਹੈ ਅਤੇ ਸੁਭਾਨ ਅੱਲਾਹ ਕਹਿੰਦੇ ਹਾਂ ਸ਼ਰਮਾਨਿਆਂ ਵੀ ਦੂਜਾ ਨਾ ਕੋਈ ਸੁਣ ਲਵੇ ਉੱਚੀ ਨਾ ਬੋਲ ਬੈਠੀਏ ਇਹ ਸੁਭਾਨ ਅੱਲਾਹ ਦਾ ਜ਼ਿਕਰ ਅੱਲਾਹ ਦੇ ਕੁਰਾਨ ਦੀ ਆਯਾਤ ਹਜ਼ੂਰ ਦੀ ਹਦੀਸ ਮੁਬਾਰਕਾਂ ਇਹਨਾਂ ਫਿਜ਼ਾਵਾਂ ਦੇ ਅੰਦਰ ਨਾ ਇੰਜ ਮੁਹੱਬਤ ਜ਼ੌਕ ਨਾਲ ਪੜਿਆ ਕਰੋ ਵੀ ਫਿਜ਼ਾਵਾਂ ਵੀ ਮੁਅੱਤਰ ਹੋ ਜਾਣ ਅੱਲਾਹ ਤੌਫੀਕ ਅਤਾ ਫਰਮਾ ਦੇ ਮੇਰਾ ਇਹ ਅਕੀਦਾ ਹੈ ਆਲੁਲ ਹਦੀਸ ਦਾ ਅਕੀਦਾ ਹੈ ਕਿ ਜਿਹਦਾ ਨਬੀ ਪਾਕ ਦੇ ਅਹਲੇ ਬੈਤ ਨਾਲ ਪਿਆਰ ਨਹੀਂ ਉਹਦੇ ਕਲਮੇ 'ਤੇ ਸਾਰੇ ਬੋਲੋ ਉਹਦੇ ਕਲਮੇ 'ਤੇ ਇਤਬਾਰ ਨਹੀਂ ਅਸੀਂ ਜਿਹੜਾ ਹਜ਼ੂਰ ਦੇ ਅਹਲੇ ਬੈਤ ਨਾਲ ਪਿਆਰ ਨਹੀਂ ਕਰਦਾ ਸਾਡਾ ਉਹਦੇ ਨਾਲ ਵੀ ਪਿਆਰ ਹੋ ਸਕਦਾ ਲੇਕਿਨ ਕਾਣੀ ਵੰਡ ਨਾ ਕਰਿਆ ਕਰੋ ਹਜ਼ੂਰ ਅਲੈਹਿ ਸਲਾਤੁ ਵਸਲਾਮ ਦੇ ਅਹਲੇ ਬੈਤ ਮੇਰੇ ਪੈਗੰਬਰ ਦੀਆਂ ਬੀਵੀਆਂ ਤਵੱਜੋ ਕਰਨਾ ਜ਼ਰਾ ਮੇਰੇ ਪੈਗੰਬਰ ਦੀਆਂ ਬੀਵੀਆਂ ਮੇਰੇ ਪੈਗੰਬਰ ਦਾ ਅਹਲੇ ਬੈਤ ਨੇ ਅਹਲੇ ਬੈਤ ਕਹਿੰਦੇ ਨੇ ਆਹਲ ਮਨ ਹੁੰਦਾ ਵਾਲੇ ਬੈਤ ਮਨ ਹੁੰਦਾ ਘਰ ਅਹਲੇ ਬੈਤ ਹਜ਼ੂਰ ਦੇ ਘਰ ਵਾਲੇ ਯਾਨੀ ਆਪ ਦੀਆਂ ਬੀਵੀਆਂ ਹਜ਼ੂਰ ਦੇ ਅਹਲੇ ਬੈਤ ਨੇ ਆਲੇ ਅਲੀ ਅਹਲੇ ਬੈਤ ਨੇ ਆਲੇ ਅਕੀਲ ਅਹਲੇ ਬੈਤ ਨੇ ਆਲੇ ਜਾਫਰ ਅਹਲੇ ਬੈਤ ਨੇ ਸੈਯਦਾ ਫਾਤਿਮਾ ਅਹਲੇ ਬੈਤ ਨੇ ਹਸਨੈਨ ਕਰੀਮੈਨ ਅਹਲੇ ਬੈਤ ਨੇ ਪੈਗੰਬਰ ਦਾ ਸਾਰਾ ਘਰ ਨਬੀ ਪਾਕ ਦੇ ਅਹਲੇ ਬੈਤ ਨੇ ਜ਼ਿਕਰ ਅਹਲੇ ਬੈਤ ਦਾ ਸੁਣਨਾ ਅਤੇ ਸੁਭਾਨ ਅੱਲਾਹ ਢਿੱਲੀ ਕਹਿਣਾ ਆਹ ਤਾਂ ਕੋਈ ਸਵਾਦ ਵਾਲੀ ਗੱਲ ਨਹੀਂ ਉਹ ਪੈਗੰਬਰ ਦੇ ਘਰ ਵਾਲੇ ਆਪ ਦੀਆਂ ਬੀਵੀਆਂ ਆਪ ਦੇ ਨਵਾਸੇ ਨਵਾਸੀਆਂ ਸਾਰੇ ਅਹਲੇ ਸਾਰੇ ਬੋਲੋ ਸਾਰੇ ਅਹਲੇ ਬੈਤ ਨੇ ਅੱਲਾਹ ਨੇ ਪੈਗੰਬਰ ਨੂੰ ਕਾਇਨਾਤ ਤੋਂ ਆਲਾ ਅਤੇ ਅਰਫਾ ਸ਼ਾਨ ਅਤਾ ਫਰਮਾਏ
ਇਵੇਂ ਅੱਲਾ ਨੇ ਮਦੀਨੇ ਵਾਲੇ ਦੇ ਘਰ ਵਾਲਿਆਂ ਨੂੰ ਵੀ ਉੱਚਾ ਸ਼ਾਨ ਅਤਾ ਫਰਮਾਇਆ। ਆਓ ਤਵੱਜੋ ਕਰਨਾ, ਮੈਂ ਮੁਕਤਸਰ ਬਿਆਨ ਕਰਾਂ ਪੂਰੀ ਜ਼ੌਕ ਨਾਲ। ਮੈਂ ਹਜ਼ੂਰ ਦਾ ਨਾਮ ਲਵਾਂ ਅਤੇ ਦਰੂਦ ਦੀ ਛਲ ਆ ਜਾਏ, ਪਤਾ ਲੱਗੇ ਕਿ 72 ਦੇ ਅੰਦਰ ਹਜ਼ੂਰ ਦੇ ਪਰਵਾਨੇ ਆਹਲੇ ਹਦੀਸ ਹਜ਼ੂਰ 'ਤੇ ਦਰੂਦ ਪੜ੍ਹਦੇ ਪਏ ਸਨ। ਸਰਕਾਰ ਮਦੀਨਾ ਜਨਾਬ ਮੁਹੰਮਦ ਰਸੂਲੁੱਲਾਹ। ਹਾਂਜੀ, ਮਜ਼ਾ ਨਹੀਂ ਆਇਆ? ਜਿਹੜਾ ਬੰਦਾ ਜਮਾਂਦਰੂ ਗੁੰਗਾ, ਬਿਲਕੁਲ ਨਾ ਬੋਲੇ, ਜਿਹੜਾ ਬੋਲਣ ਜੋਗਾ, ਜ਼ਰਾ ਗੱਜ ਕੇ ਵੱਜ ਕੇ ਮੁਹੱਬਤ ਦੇ ਨਾਲ, ਅਕੀਦਤ ਦੇ ਨਾਲ ਦਰੂਦੇ ਪਾਕ ਪੜ੍ਹੇ। ਸਰਕਾਰ ਮਦੀਨਾ ਜਨਾਬ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨਾਲ ਪਿਆਰ ਕਰਨ ਵਾਲਿਆ, ਤਵੱਜੋ ਕਰਨਾ ਜ਼ਰਾ। ਮੈਂ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਅਹਲੇ ਬੈਤ ਦਾ ਤਜ਼ਕਰਾ ਕਰਨਾ ਚਾਹਨਾ। ਅੱਲਾਹ ਪਾਕ ਨੇ ਮੇਰੇ ਪੈਗੰਬਰ ਨੂੰ ਸਾਰੀ ਕਾਇਨਾਤ ਨਾਲੋਂ ਆਨਾ ਤਿਰਫਾ ਬਣਾਇਆ। ਮੇਰੇ ਪੈਗੰਬਰ ਦੀ ਸੀਰਤ ਵੀ ਆਲਾ, ਸੂਰਤ ਵੀ ਆਲਾ, ਕਿਰਦਾਰ ਵੀ ਆਲਾ, ਗੁਫਤਾਰ ਵੀ ਆਲਾ। ਹਜ਼ਰਾਤ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦਾ ਮੱਕਾ ਪਾਕ ਵੀ ਆਲਾ, ਮਦੀਨਾ ਪਾਕ ਵੀ ਆਲਾ। ਕਿਉਂਕਿ ਮੱਕੇ ਬੈਤੁੱਲਾਹ, ਮਦੀਨੇ ਰੋਜ਼ਾ ਰਸੂਲੁੱਲਾਹ, ਮੱਕਾ ਨਬੀ ਪਾਕ ਦਾ ਦਾਦਕਾ ਸ਼ਹਿਰ ਏ, ਮਦੀਨਾ ਨਾਨਕਾ ਸ਼ਹਿਰ ਏ। ਪਿਛਲਾ ਮਹੱਲਾ ਵੀ ਬੋਲਿਆ, ਜ਼ਰਾ ਥੋੜ੍ਹੀਆਂ ਜੇ ਗੱਲਾਂ ਗੱਲ ਮੁਕਾ ਦੇਣੀ ਹੈ। ਮੱਕਾ ਨਬੀ ਪਾਕ ਅਲੈਹਿ ਸਲਾਮ ਦਾ ਦਾਦਕਾ ਸ਼ਹਿਰ ਏ, ਮਦੀਨਾ ਨਾਨਕਾ ਸ਼ਹਿਰ ਏ। ਮੱਕੇ ਮੇਰੇ ਪੈਗੰਬਰ ਪੈਦਾ ਹੋਏ, ਮਦੀਨੇ ਮੇਰੇ ਮਹਿਬੂਬ ਆਰਾਮ ਕਰਦੇ ਪਏ ਨੇ। ਆਓ ਨਬੀ ਪਾਕ ਅਲੈਹਿ ਸਲਾਮ ਦੇ ਪਰਵਾਨੀਓ, ਜ਼ੌਕ ਨਾਲ ਨਬੀ ਪਾਕ ਅਲੈਹਿ ਸਲਾਮ ਨਾਲ ਮੁਹੱਬਤ ਅਤੇ ਬੇਦਾਰੀ ਦਾ ਸਬੂਤ ਦੇਣਾ ਹੈ। ਮੈਂ ਦਾਮ 'ਤੇ ਫਿਕਰ ਦੇਣਾ ਚਾਹੁੰਦਾ, ਬੇਦਾਰ ਕਰਨਾ ਚਾਹੁੰਦਾ, ਮੁਹੱਬਤ ਦਾ ਪੈਗਾਮ ਦੇਣਾ ਚਾਹੁੰਦਾ। ਆਕਾ ਨਾਲ ਇੰਜ ਦਾ ਪਿਆਰ ਕਰੀਏ, ਜਿੰਦ ਜਾਨ ਸੋਹਣੇ ਤੋਂ ਨਿਸਾਰ ਕਰੀਏ। ਮੈਂ ਜਿੰਦ ਜਾਨ ਨਹੀਂ ਮੰਗਦਾ ਪਿਆ, ਮੈਂ ਸਿਰਫ ਸੁਭਾਨ ਅੱਲਾ ਮੰਗਦਾ ਪਿਆ। ਆਕਾ ਨਾਲ ਇੰਜ ਦਾ ਪਿਆਰ ਕਰੀਏ, ਜਿੰਦ ਜਾਨ ਸੋਹਣੇ ਤੋਂ ਨਿਸਾਰ ਕਰੀਏ। ਰਾਵੱਲਾ ਪਾਕ ਦੇ ਸਾਹਮਣੇ ਦੁਆ ਵੀ ਕਰ ਲਈ। ਇੱਧਰ ਤਵੱਜੋ ਕਰੀ, 72 ਦੇ ਵਾਸੀ ਆ ਸਹੀਵਾਲ ਦੇ ਗਿਰਦ ਰਹਿਣ ਵਾਲੇ ਆ। ਅੱਲਾ ਜ਼ੁਲ ਜਲਾਲ ਦੀ ਕਸਮ, ਤਲਬ ਦਾ ਦਾਮਨ ਫੈਲਾ ਕੇ, ਨਦਾਮਤ ਦੇ ਅਸ਼ਕ ਬਹਾ ਕੇ, ਉਹਦੇ ਲੁਤਫੋ ਕਰਮ ਨੂੰ ਅਜ਼ਮਾ ਕੇ ਦੁਆ ਕਰ ਲਈਏ, ਉਹਦੇ ਸਾਹਮਣੇ ਦੁਆ ਕਰ ਲਈ, ਇਲਤਜਾ ਕਰ ਲਈਏ, ਦਰਖਾਸਤ ਕਰ ਲਈਏ। ਰੱਬਾ, ਜਦੋਂ ਤੱਕ ਜਿੰਦ ਦੀਆਂ ਸਾਵਾਂ ਨੇ, ਤੇਰੇ ਅੱਗੇ ਮੌਲਾ ਇਹੋ ਹੀ ਦੁਆਵਾਂ ਨੇ। ਮੱਕੇ ਤੇ ਮਦੀਨੇ ਦਾ ਦੀਦਾਰ ਕਰੀਏ, ਜਿੰਦ ਜਾਨ ਸੋਹਣੇ ਤੋਂ ਨਿਸਾਰ ਕਰੀਏ। ਅੱਲਾ ਕਿਸੇ ਨੂੰ ਨਹੀਂ ਜੇ ਖਾਲੀ ਮੋੜਦਾ, ਨੇਕੋ ਬੰਦ ਹੋਵੇ ਕਿਸੇ ਦਾ ਨਹੀਂ ਦਿਲ ਤੋੜਦਾ। ਸਭ ਮਿਲ ਕੇ ਦੁਆਵਾਂ ਗੁਨਾਹਗਾਰ ਕਰੀਏ। ਨਬੀ ਪਾਕ ਅਲੈਹਿ ਸਲਾਮ ਦੇ ਪਰਵਾਨਿਓ, ਤਵੱਜੋ ਕਰਨਾ ਜ਼ਰਾ। ਮੈਂ ਮੁਹੱਬਤ ਭਰੀਆਂ ਗੱਲਾਂ ਕਰਨਾ ਚਾਹੁੰਦਾ, ਨਬੀ ਪਾਕ ਦੇ ਅਹਲੇ ਬੈਤ ਦਾ ਤਜ਼ਕਰਾ ਸੁਣੋ ਜ਼ਰਾ। ਅੱਲਾ ਪਾਕ ਨੇ ਮੇਰੇ ਪੈਗੰਬਰ ਦੇ ਸੀਨਾ ਪਾਕ ਅਤੇ ਕੁਰਾਨੀ ਪਾਕ ਨਾਜ਼ਿਲ ਫਰਮਾਇਆ, ਇੰਨਾ ਮਾ ਯੁਰੀਦੁੱਲਾਹੁ ਲਿਯੁਜ਼ਹਿਬਾ ਅਨਕੁਮ ਰਿਜ਼ਾ ਅਹਲਲ ਬੈਤ ਵਯੁਤਹਿਰਕੁਮ ਤਤਹੀਰਾ। ਅੱਲਾ ਪਾਕ ਫਰਮਾਉਂਦੇ, ਮੇਰੇ ਪੈਗੰਬਰ ਦੇ ਅਹਲੇ ਬੈਤ ਦਾ ਤਜ਼ਕਰਾ ਸੁਣੋ ਜ਼ਰਾ, ਬੜੇ ਪਿਆਰ ਅਤੇ ਬੜੇ ਮੁਹੱਬਤ ਦੀਆਂ ਗੱਲਾਂ ਕਰਨਾ ਚਾਹੁੰਦਾ। ਕੁਰਾਨ ਨੇ ਪਾਕ ਦੇ ਅੱਲਾ ਪਾਕ ਨੇ ਮੇਰੇ ਪੈਗੰਬਰ ਦੇ ਅਹਲੇ ਬੈਤ ਦਾ ਤਜ਼ਕਰਾ ਫਰਮਾਇਆ, ਮੇਰੇ ਪੈਗੰਬਰ ਦੀਆਂ ਬੀਵੀਆਂ ਅਹਲੇ ਬੈਤ, ਇੱਧਰ ਤਵੱਜੋ ਕਰਿਆ ਜੇ ਜ਼ਰਾ, ਮੁਹੱਬਤ ਦੀਆਂ ਗੱਲਾਂ ਕਰਨਾ ਚਾਹੁੰਦਾ, ਪਿਆਰ ਦੀਆਂ ਗੱਲਾਂ ਕਰਨਾ ਚਾਹੁੰਦਾ। ਮੈਂ ਨਫ਼ਰਤ ਨਹੀਂ ਫਿਰਾਉਣ ਨਹੀਂ ਆਇਆ, ਅਦਾਵਤ ਅਤੇ ਤਾਸੁਬ ਦੀਆਂ ਗੱਲਾਂ ਕਰਨ ਨਹੀਂ ਆਇਆ, ਮੈਂ ਤਾਂ ਮੁਹੱਬਤ ਅਤੇ ਪਿਆਰ ਦਾ ਪੈਗਾਮ ਦੇਣ ਨਹੀਂ ਆਇਆ। ਕੁਰਾਨ ਨੇ ਪਾਕ ਨੇ ਪੈਗੰਬਰ ਦੀਆਂ ਬੀਵੀਆਂ ਦਾ ਜ਼ਿਕਰ ਫਰਮਾਇਆ, ਪੈਗੰਬਰ ਦੀਆਂ ਬੀਵੀਆਂ ਮੇਰੇ ਪੈਗੰਬਰ ਦਾ ਹਲੇ ਬੈਤ, ਤਵੱਜੋ ਕਰਨਾ ਜ਼ਰਾ। ਹਜ਼ਰਾਤ, ਮੇਰੇ ਪੈਗੰਬਰ ਦੀ ਬੀਵੀ ਐਸ਼ਾ, ਮੇਰੇ ਪੈਗੰਬਰ ਦਾ ਹਲੇ ਬੈਤ, ਹਜ਼ਰਤ ਖਤੀਜਾ ਆਹਲੇ ਬੈਤ, ਹਜ਼ਰਤ ਹਫਸਾ ਆਹਲੇ ਬੈਤ, ਹਜ਼ਰਤ ਸੌਦਾ ਆਹਲੇ ਬੈਤ, ਹਜ਼ਰਤ ਜ਼ੈਨਬ ਆਹਲੇ ਬੈਤ, ਜ਼ੈਨਬ ਬਿੰਤ ਜਾਸ਼ ਆਹਲੇ ਬੈਤ, ਹਜ਼ਰਤ
ਮਾਰੀਆਂ ਅਹਲੇ ਬੈਤ ਉਮੇ ਹਬੀਬਾ ਅਹਲੇ ਬੈਤ ਹਜ਼ਰਤ ਜਵਾਰੀਆਂ ਅਹਲੇ ਬੈਤ ਮੇਰੇ ਪੈਗੰਬਰ ਦੀਆਂ ਬੀਵੀਆਂ ਮੋਮਿਨਾਂ ਦੀਆਂ ਮਾਵਾਂ ਨੇ ਜਿਹੜੇ ਜਿਹੜੇ ਵਾਵਾਂ ਮੰਨਦੇ ਕੁਰਾਂ ਫਿਰ ਕਹਿ ਦਿਓ ਸੁਭਾਨ ਅੱਲਾਹ ਐਸ਼ਾ ਮੋਮਿਨਾ ਦੀ ਮਾਂ ਹਫਸਾ ਮੋਮਿਨਾ ਦੀ ਮਾਂ ਮਾਰੀਆ ਮੋਮਿਨਾ ਦੀ ਮਾਂ ਜਵੈਰੀਆ ਮੋਮਿਨਾ ਦੀ ਮਾਂ ਪੈਗੰਬਰ ਦੀਆਂ ਬੀਵੀਆਂ ਕੁਰਾਨ ਕਹਿੰਦਾ ਅਨਬੀਓ ਔਲਾ ਬਿਲ ਮੋਮਿਨੀਨਾ ਮਿਨ ਅਨਫੁਸਿਹਿਮ ਵਅਜ਼ਵਾਜੁ ਉਮਮਾਤੁਹਿਮ ਅੱਲਾ ਕਰੀਮ ਫਰਮਾ ਰਹੇ ਨੇ ਮੇਰੇ ਪੈਗੰਬਰ ਦੀਆਂ ਬੀਵੀਆਂ ਮੋਮਿਨਾਂ ਦੀਆਂ ਮਾਵਾਂ ਨੇ ਅੱਲਾ ਜ਼ੁਲ ਜਲਾਲ ਦੀ ਕਸਮ ਹੈ ਕੈਸੀਆਂ ਮਾਵਾਂ ਸੁਣੋ ਮੇਰੇ ਪੈਗੰਬਰ ਦੇ ਅਹਲੇ ਬੈਤ ਦਾ ਜ਼ਿਕਰ ਸੁਣਨਾ ਜ਼ਰਾ ਸਿਰਫ ਮੈਂ ਅਹਲੇ ਬੈਤ ਦੇ ਅੰਦਰੋਂ ਬੀਵੀਆਂ ਦੇ ਅੰਦਰ ਅੰਮੀ ਖਤੀਜਾ ਦੀ ਗੱਲ ਸੁਣਾਵਾਂ ਫਿਰ ਅੱਗੇ ਗੱਲ ਚਲਾਵਾਂ ਕੌਣ ਖਤੀਜਾ ਤੁਲ ਕੁਵਰਾ ਮੇਰੇ ਪੈਗੰਬਰ ਦੇ ਕੁੱਲ ਤਸ਼ਰੀਫ ਫਰਮਾਏ ਮਾਲ ਵੀ ਕੁਰਬਾਨ ਕਰ ਦਿੱਤਾ ਤਨ ਮਨ ਥਨ ਕੁਰਬਾਨ ਕਰ ਦਿੱਤਾ ਸ਼ੇਬੇ ਅਬੀ ਤਾਲਬ ਦੇ ਅੰਦਰ ਮੇਰੇ ਪੈਗੰਬਰ ਦੇ ਨਾਲ ਕੈਦੀ ਹੈ ਕੌਣ ਖਤੀਜਾ ਤੁਲ ਕੁਵਰਾ ਨਬੀ ਪਾਕਲੀ ਸਲਾਤੋ ਸਲਾਮ ਰੋਟੀ ਲੈ ਕੇ ਆ ਰਹੀ ਹੈ ਰੋਟੀ ਦੇ ਸੁੱਕੇ ਟੁਕੜੇ ਲੈ ਕੇ ਆ ਰਹੀ ਹੈ ਸੁਣੋ ਅਹਲੇ ਬੈਤ ਦਾ ਸ਼ਾਨ ਸੁਣਨਾ ਜ਼ਰਾ ਅੱਲਾ ਜ਼ੁਲ ਜਲਾਲ ਦੀ ਕਸਮ ਹੈ ਇੱਧਰ ਖਤੀਜਾ ਖਾਣਾ ਲੈ ਕੇ ਆਉਂਦੀ ਪਈ ਹੈ ਉਧਰੋਂ ਅਸਮਾਨਾਂ ਦਾ ਜਿਬਰੀਲ ਆ ਗਿਆ ਜਬਰੀਲੇ ਅਮੀਨ ਆ ਗਿਆ ਨੂਰੀ ਮਲੈਕਾਂ ਦਾ ਸਰਦਾਰ ਆ ਕੇ ਕਹਿੰਦਾ ਮਹਬੂਬਾ ਤੁਹਾਡੀ ਬੀਵੀ ਤੁਹਾਡੇ ਲਈ ਖਾਣਾ ਲੈ ਕੇ ਆ ਰਹੀ ਆ ਜੇ ਪੈਗੰਬਰ ਦੇ ਆਲੇ ਬੈਤ ਸੋਹਣਿਆ ਖਤੀਜਾ ਖਾਣਾ ਲੈ ਕੇ ਆਉਂਦੀ ਪਈ ਏ ਇਹ ਮਹਬੂਬਾ ਮੈਨੂੰ ਅੱਲਾ ਪਾਕ ਨੇ ਗੱਲਿਆ ਏ ਇੱਕ ਤੇ ਖਤੀਜਾ ਨੂੰ ਰੱਬ ਦਾ ਸਲਾਮ ਆ ਜੇ ਪੈਗੰਬਰ ਦੇ ਆਲੇ ਬੈਤ ਨਬੀ ਪਾਕ ਨੂੰ ਜਬਰੀਲ ਅਰਜ਼ਾਂ ਕਰਦੇ ਨੇ ਮਹਬੂਬਾ ਇੱਕ ਤੇ ਖਤੀਜਾ ਨੂੰ ਰੱਬ ਦਾ ਸਲਾਮ ਏ ਦੂਜਾ ਖਤੀਜਾ ਨੂੰ ਰੱਬ ਦਾ ਪੈਗਾਮ ਏ ਮੇਰੇ ਗ੍ਰਿਮਾਕਾ ਫਰਮਾਉਂਦੇ ਨੇ ਜਬਰੀਲ ਪੈਗਾਮ ਕੀ ਲੈ ਕੇ ਆਇਆ ਏ ਜਬਰੀਲ ਆਉਂਦੇ ਨੇ ਸੋਹਣਿਆ ਖਤੀਜਾ ਨੂੰ ਖੁਸ਼ਖਬਰੀ ਦੇ ਦਿਓ ਅੱਲਾ ਪਾਕ ਨੇ ਆਪਣੀ ਜੰਨਤ ਦੇ ਅੰਦਰ ਖਤੀਜਾ ਦਾ ਮਹੱਲ ਬਣਾ ਦਿੱਤਾ ਏ ਆ ਜੇ ਪੈਗੰਬਰ ਦੇ ਆਲੇ ਬੈਤ ਤਵੱਜੋ ਕਰਨਾ ਜ਼ਰਾ ਬੜੇ ਪਿਆਰ ਦੀ ਗੱਲ ਕਰਨਾ ਚਾਹਨਾ ਕੌਣ ਖਤੀਜਾ ਤੁਲ ਕੁਬਰਾ ਮੇਰੇ ਪੈਗੰਬਰ ਦੀ ਖਿਦਮਤ ਦੇ ਅੰਦਰ ਹਾਜ਼ਰ ਹੋਈਆਂ ਅਰਜ਼ਾਂ ਕਰਦੀਆਂ ਨੇ ਮਹਬੂਬਾ ਮੈਂ ਸਾਰੀ ਜ਼ਿੰਦਗੀ ਕਦੇ ਮੁਤਾਲਬਾ ਨਹੀਂ ਕੀਤਾ ਇੱਧਰ ਆ ਮੇਰੀਆਂ ਮਾਵਾਂ ਭੈਣਾਂ ਵੀ ਸੁਣ ਲਓ ਜ਼ਰਾ ਅੰਮਾ ਜੀ ਖਤੀਜਾ ਕਹਿੰਦੀਆਂ ਨੇ ਮਹਬੂਬਾ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਕਦੇ ਕੋਈ ਮੁਤਾਲਬਾ ਨਹੀਂ ਕੀਤਾ ਕਦੇ ਮੈਂ ਸਵਾਲ ਨਹੀਂ ਕੀਤਾ ਤਵੱਜੋ ਕਰਨਾ ਜ਼ਰਾ ਨਬੀ ਪਾਕ ਨੂੰ ਕਹਿੰਦੀਆਂ ਨੇ ਸੋਹਣਿਆ ਮੈਂ ਪੁੱਛਣਾ ਚਾਹੁੰਦੀ ਹਾਂ ਮੈਂ ਕਦੇ ਮੁਤਾਲਬਾ ਕੀਤਾ ਏ ਆ ਫਰਮਾਉਂਦੇ ਨੇ ਖਤੀਜਾ ਕਦੇ ਮੁਤਾਲਬਾ ਨਹੀਂ ਕੀਤਾ ਫਰਮਾਇਸ਼ ਨਹੀਂ ਕੀਤੀ ਆਉਂਦੀਆਂ ਦੂਜੇ ਨੰਬਰ 'ਤੇ ਪੁੱਛਣੇ ਚਾਹੁੰਦੀ ਹਾਂ ਮਹਬੂਬਾ ਮੈਂ ਕਦੇ ਤੁਹਾਨੂੰ ਤਾਨਾ ਦਿੱਤਾ ਏ ਕਦੇ ਗਿਲਾ ਕੀਤਾ ਏ ਆ ਫਰਮਾਉਂਦੇ ਨਹੀਂ ਨਹੀਂ ਖਤੀਜਾ ਗਿਲਾ ਨਹੀਂ ਕੀਤਾ ਜੋ ਕਿ ਮੇਰੇ ਪੈਗੰਬਰ ਦੀ ਅਦਵਾਜੀ ਜ਼ਿੰਦਗੀ ਬੇਮਿਸਾਲ ਬਾ ਕਮਾਲ ਏ ਨਬੀਏ ਪਾਕਰੀ ਸਲਾਮ ਦੀ ਜ਼ੌਜਾ ਮੁਹਤਰਮਾ ਅਤੇ ਨਬੀ ਪਾਕ ਫਰਮਾਉਂਦੇ ਖਤੀਜਾ ਅੱਜ ਕੀ ਵਜ੍ਹਾ ਕੀ ਮਸਲਾ ਬਣ ਗਿਆ ਅੱਜ ਕਿਉਂ ਇੰਜ ਦੀਆਂ ਗੱਲਾਂ ਕਰਦੀ ਪਈਆਂ ਆਉਂਦੀਆਂ ਨੇ ਮਹਬੂਬਾ ਅੱਜ ਮੈਂ ਇੱਕ ਮੁਤਾਲਬਾ ਕਰਨਾ ਚਾਹੁੰਦੀ ਹਾਂ ਸਵਾਲ ਕਰਨਾ ਚਾਹੁੰਦੀ ਹਾਂ ਮੇਰੇ ਕਰੀਮਾ ਅੱਕਾ ਫਰਮਾਉਂਦੇ ਨੇ ਖਤੀਜਾ ਬੋਲ ਤੇ ਸਹੀ ਖਤੀਜਾ ਮੰਗ ਤੇ ਸਹੀ ਸਵਾਲ ਤੇ ਕਰਨਾ ਖਤੀਜਾ ਅੰਮੀ ਖਤੀਜਾ ਫਰਮਾਉਂਦੇ ਆ ਸੁਣੋ ਅਹਲੇ ਬੈਤ ਦਾ ਤਜ਼ਕਰਾ ਸੁਣੋ ਜ਼ਰਾ ਮੇਰੀਆਂ ਮਾਵਾਂ ਭੈਣਾਂ ਵੀ ਸੁਣ ਲਓ ਜ਼ਰਾ ਅੰਮੀ ਖਤੀਜਾ ਕਹਿੰਦੀਆਂ ਨੇ ਮਹਬੂਬਾ ਮੈਂ ਅੱਜ ਸਵਾਲ ਕਰਨ ਲੱਗੀਆਂ ਮੁਤਾਲਬਾ ਕਰਨ ਲੱਗੀਆਂ ਫਰਮਾਇਆ ਦੱਸ ਖਤੀਜਾ ਅੰਮਾ ਜੀ ਖਤੀਜਾ ਫਰਮਾਉਂਦੀਆਂ ਨੇ ਮਹਬੂਬਾ ਆ ਜਿਹੜੀ ਤੁਹਾਡੇ ਮੋਢਿਆਂ 'ਤੇ ਚਾਦਰ ਸੱਜੀ ਏ ਜਿਹਨੂੰ ਕੁਰਾਨ ਕਦੇ ਮੁਦੱਸੇ ਰੱਖਦਾ ਏ ਕਦੇ ਮੁਜ਼ੰਮੇ ਲੱਗਦਾ ਏ ਮੈਂ ਖਤੀਜਾ ਚਾਹੁੰਦੀ ਵਾਂ ਕਿ ਮੈਨੂੰ ਤੋਹਫ਼ਾ ਦੇ ਦਿਓ ਆ ਮੁਸਕਰਾ ਕੇ ਫਰਮਾਉਂਦੇ ਖਤੀਜਾ ਚਾਦਰ ਦੀ ਤੇ ਕੋਈ ਗੱਲ ਨਹੀਂ ਪਰ ਚਾਦਰ ਤੋਹਫ਼ਾ ਮੰਗਣ ਦਾ ਮਤਲਬ ਕੀ ਹੈ ਅੰਮੀ ਖਤੀਜਾ ਫਰਮਾਉਂਦੀਆਂ ਨੇ ਮਹਬੂਬਾ ਮੈਂ ਚਾਹੁੰਦੀ ਵਾਂ ਮੈਂ ਦੁਨੀਆ ਤੋਂ ਜਾਵਾਂ ਇਹ ਚਾਦਰ ਮੇਰਾ ਕਫਨ ਬਣ ਜਾਏ
नबी पाक अली सलाम दी चादर मेरा कफन बन जाए, हजरात मैं जानिया हुजूर दी चादर नशानी लेके जावा। मेरे करीम आका फरमांदे ने खतीजा तू ते एक चादर मंगिए, अल्लाह जुल जलाल दी कसम मेरे महबूब फरमांदे ने खतीजा अगर तू मुहम्मद दी जान दा चमड़ा भी मंग लेंदी ला दे तो के खतीजा मैं तेनु अपनी जान दा चमड़ा भी दे देंदा। चूंकि खतीजा वफादार खतीजा हो मदारे ये मेरे पैगंबर को चादर मंग दिया पिया ने चादर के लिए जिदे बारे मोहब्बत दी गल करा ताहा निशान वाले फलकां ते जान वाले ओ तुहाडे लागे नात दा रिवाज है ना माशाल्लाह। ते फिर अंज मेरा दिल करदा है कि तुसी भी मेरे ना नाते नबी पढ़ लो। चूंकि मेरा ते ईमान जहां तज़किरा रसूल होता है वहां रहमत का नज़ूल होता है, रल मिल के नाते नबी पढ़ लिए ताहा निशान वाले फलकां ते जान वाले। इधर जरा सज्जा चुको नबी पाक दे मन वाले रल मिल के पढ़िए ताहा निशान वाले फलकां ते जान वाले। तज़करे ने आम तेरे आम तेरे आम तेरे तज़करे ने आम तेरे तज़करे ने आम तेरे हुंदे सुबह शाम तेरे हुंदे सुबह शाम तेरे बादशाह गुलाम तेरे बकरियां चराण वाले फलकां ते जान वाले। और बड़े प्यार वाला जुमला इधर तवज्जो कर इधर सीने ठंड पा दिया। बड़े प्यार दी गल करना चाहना मोहब्बत दी गल करना चाहना शान तेरी बल्ले 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 बल्ले। ओ जिन्हों कख नहीं आउंदा एक बार आखो बल्ले बल्ले, बुलंद आवाज ना कहो बल्ले बल्ले। शान तेरी बल्ले बल्ले शान तेरी बल्ले बल्ले शान तेरी बल्ले बल्ले रब भी दुरोध गले दुश्मना दे पैरां थले चादरां बिछाण वालिया फलकां ते जान वाले। और बड़े प्यार दा जुमला अर्ज करना चाहना इधर तवज्जो करी तेरे सीने ठंड पै जाए बुल्लां ते खंड पै जाए। किड्डा सोहना नाम तेरा किन्ना प्यारा नाम तेरा किड्डा सोहना नाम तेरा उच्चा खानदान तेरा उच्चा खानदान तेरा हर कोई गुलाम तेरा आयतां सुनाण वालिया। नबी पाक अली सलाम दे परानियो मेरे पैगंबर दा नाम भी आला काम भी आला बोलो खानदान भी। नबी पाक अली सलाम दा खानदान भी आला। आओ हुण जरा मैं हसन पाक दी शान बयान करा हुसैन पाक दा जिक्र करा सईदा खतीजा सईदा फातिमा दे तज़करे करा। तवज्जो करना जरा मुस्लिम पाक दी हदीस पाक मेरे करीम आका अली सलाम ने इंज चा उठाई। सुनो मेरे पैगंबर दे आले बैत अंज मेरे पैगंबर ने अपनी कमली उठाई है। हसन इब्ने अली आए हुसैन इब्ने अली आए सईदा फातिमा आ गया हैदरे करार आ गए। नबी पाक अली सलातो सलाम दा दामाद हैदरे करार आ गया शेरे खुदा करम अल्लाह वज असदुल्लाह अल गालिब आ गया। मेरे पैगंबर ने इंज चादर कीती है ते मेरे पैगंबर ने चादर दे थले करके फरमाया अल्लाहुम्मा हा उलाए अहलो बैदी ए कायनात दिया रब्बा आज जड़े चादर दे थले ने अल्लाह मेरे अहले बैत ने अल्लाह मेरे अहले बैत ने। तवज्जो करना जरा ये मेरे पैगंबर दे अहले बैत सुनना जरा जे मैं हैदरे करार दी गल करा मेरे पैगंबर दा अहले बैत। मेरे पैगंबर फरमाते मन कुन तो मौला हो फहाजा अली मौला आप फरमाते ने लोको जिदा मैं बेलियाँ ओदा अली भी बेली है
दूसरी हदीस पाक कहानियां ना सुनाया कर, किसे ना सुनाया कर, तारीख दिया दास्ताना कूड़ियां ना सुनाया कर, पैगंबर दयाले बैत दी अजमत अंदर कुरान सुनाया कर, नबी पाक दा फरमान सुनाया कर। दूसरी हदीस पाक समाज फरमाओ, आ फरमा दे अंत मिन्नी बेमंजला त्यारों में मोसा, मेरे करीमा का फरमाते ने जदों मेरे पैगंबर ने मुआखाते मदीना कायम फरमाया, सारे सहाबा दा भाईचारा बना दिता, ऐदर करार कले रह गए, अली पाक कले रह गए, आंदे ने महबूबा मैं कला रह गया, मेरे करीमा का फरमाते ने अली घबराण दियां लोड़ा कोई नहीं, अली तू कला नहीं मैं मुहम्मद तेरा भाई हां, जिवें मूसा दा वीर हारून सी मेरा वीर हैदरे करारे, सारे बोलो मेरे करीमा का फरमाते ने मेरा वीर मेरा भाई हैदरे करारे। ए अली उल मुर्तजा रज़ी अल्लाह ताला अन्हु, मेरा दिल करदा है कि मोहब्बत दा प्यार दा पैगाम दे जावां, किड्डा सोहना लगदा जे नाम अली दा, जिहड़े मौला अली पाक नूं मंनदे हो सज्जा हाथ चुक के कह दो सुभान अल्लाह, खब्बा हाथ भी चुको जरा पता लगे जागदे हो, किड्डा सोहना लगदा जे नाम अली दा, किन्ना प्यारा लगदा जे नाम अली दा, किन्ना मिठा लगदा जे नाम अली दा, मुजाहिद तो सुन ले मुकाम अली दा, मुजाहिद तो सुन ले तो शान अली दा, खैबर दा किला जिसने गिराया, खैबर दा किला जिसने गिराया, हसनो हुसैन दा बाबा कहलाया, शराबी की जाने मुकाम अली दा, चरसी की जाने मुकाम अली दा, बस वहाबी ही जाने मुकाम अली दा। मौला अली पाक ना प्यार करया कर, तवज्जो करो मैं कल मुकामा मुख्तसर कर दिया, ए ते मौला अली पाक दा जिक्र, जे मैं सईदा फातिमा दी गल करा, मेरे पैगंबर फरमांदे फातिमा बिजात मिन्ने, आप फरमांदे सईदा फातिमा लोको मैं मुहम्मद दे जिगर दा टुकड़ा, जे किते मेरे पैगंबर ने फरमाया सईदा तुन्निसा अहलिल जन्नत या फातिमा, आप फरमांदे ने मेरी फातिमा जन्नती बीबियां दी सरदार, हसनैन करी मेहंदी अम्मा जान ने, अली दे घर दा हार दे सिंगारे, मेरे पैगंबर दा लखते जिगर सईदा फातिमा, कह दे रज़ी अल्लाह ताला अन्हा कौन फातिमा है, मेरे पैगंबर फरमांदे सब तो पहले मेरे खानदान दे अंदरों पहले मिलेगी, मेरे नाल मुलाकात फातिमा करेगी, कौन फातिमा, कुरान कहिंदा इन्ना मा युरीदुल्लाहु लियुज़हिबा अनकुम रिज़्सा अहलल बैत, दर तवज्जो करो जरा सुनो अहले बैत दा जिक्र, अहलल बैत वायु ताहिरा कुम ततेरा, हजरात इधर तवज्जो सुनो, काबा दे रब दी कसम है, मैं चाहना मैं गुनाहों तू बच जावा, तुसी चाहते हो गुनाहों तू बच जाइए, हर बंदा चाहता है गलतियां तू बच जाइए, गुनाहों तू बच जाइए, ऐबा तू बच जाइए, बुराइयां तू बच जाइए, तेरी ते मेरी ये हसरत है गुनाहों तू बच जाइए, काबा दे रब दी कसम है, मेरा रब आंदा है गुनाहों सुन लो, गलतियों सुन लो, खताओ सुन लो, तुसा मेरे पैगंबर दे आहले बैत दे लागे जाना, मैं चाहना मैं गुनाहों कोलो बच जावा, गुनाह मेरे तू दूर रहन, इधर इधर रब मैनू आंदा गुनाहों तू बच, गुनाहों तू बच, तैनू आंदा गुनाहों तू बच, पैगंबर दे घर दी गल ही रब गुनाहों नूं आंदा इधर लागे जाना, कह दो सुभान अल्लाह, जड़े थके बैठे जे कुरा उच्ची कह दो सुभान अल्लाह, पिछला महला नहीं बोलता क्यों नाराज बैठे हो, मैं किड़े वोट मंगण आया, फिर कह दो सुभान अल्लाह, फिर कह दो, वो इलेक्शन होया ना साडे चेयरमैन दा, ओ अजकल सानू फिर गौरमेंट दोबारा बहाल करता चेयरमैना नू, साडा टंडोरी सारा ना खराब करता, मैं इलेक्शन चेयरमैन दा लड़ा मेरे मुकाबले तकड़े पैनल सन, वो तो सन सियासतदान, लोग कहना मौलवी भी खड़ो गया, वो गल समझते हो कि नहीं,
ਮੌਲਵੀ ਵੀ ਖੜੋ ਗਿਆ। ਓਏ ਮੌਲਵੀ ਨੂੰ ਕੀ ਹੈਗਾ ਭਾਈ, ਮੌਲਵੀ ਦਾ ਨੱਕ ਵਗਦਾ ਹੈਗਾ ਵੀ ਮੌਲਵੀ ਨਹੀਂ ਇਲੈਕਸ਼ਨ ਲੜ ਸਕਦਾ। ਲੋਕ ਆਉਂਦੇ ਨੇ ਮੌਲਵੀ ਇਸ ਪਾਸੇ ਨਾਣ, ਇਹਦਾ ਮਾਨਾ ਕੀ ਹੈਗਾ ਮੌਲਵੀ ਨਾਣ ਕੀ ਖਾਲੇ ਕੰਜਰਾਂ ਦਾ ਕੰਮ ਹੈ। ਉਹ ਭਾਈ ਜੀ ਇੱਜ਼ਤਦਾਰ ਵਜ਼ਾਦਾਰ ਲੋਕਾਂ ਦੇ ਕੰਮ ਹੈ, ਖਾਨਦਾਨੀ ਲੋਕਾਂ ਦਾ ਕੰਮ ਹੈ, ਇਹ ਜਿਹੜੇ ਲੋਕਾਂ ਦੀ ਨੌਕਰੀ ਖਿਦਮਤ ਕਰਨ। ਇਸ ਵਾਸਤੇ ਸਾਰੀਆਂ ਤਬਦੀਲੀਆਂ ਹੁਣ ਤੁਸੀਂ ਵੇਖ ਲਈਆਂ, ਨਵਾਜ਼ ਸ਼ਰੀਫ ਨੂੰ ਵੇਖ ਲਿਆ, ਬੇਨਜ਼ੀਰ ਨੂੰ ਵੀ ਵੇਖ ਲਿਆ, ਅਤੇ ਆਹ ਤਬਦੀਲੀ ਖਾਨ ਨੂੰ ਵੀ ਤੁਸਾਂ ਇੱਕ ਵਾਰ ਸਾਨੂੰ ਵੀ ਵੇਖ ਲਓ। ਇੱਕ ਵਾਰੀ ਤਾਂ ਮੌਲਵੀਆਂ ਇੰਝ ਸ਼ਸ਼ਦਰ ਰਹਿ ਗਏ ਵੀ ਪਤਾ ਨਹੀਂ ਕੀ ਹੋ ਜਾਣਾ। ਉਹ ਇੱਕ ਵਾਰੀ ਸਾਨੂੰ ਵੀ ਵੇਖ ਲਓ, ਇੱਕ ਗੱਲ ਮੇਰੀ ਸੁਣ ਲਓ, ਜੇ ਤੁਸੀਂ ਵੋਟ ਨਾ ਪਾਏ, ਪਤਾ ਅਫਗਾਨਿਸਤਾਨ ਇਹ ਮੌਲਵੀਆਂ ਦੀ ਹਕੂਮਤ ਆਈ ਕਿ ਨਹੀਂ, ਕੀ ਖਿਆਲ ਹੈ ਬਈ? ਇਹ ਵਕਤ ਆ ਜਾਣਾ ਜੇ ਆਹ ਸਾਰੇ ਪਾਸੋਂ ਅੱਗ ਥੱਕ ਕੇ ਤੁਸੀਂ ਕਹਿਣਾ ਬਈ ਆਮ IMF ਤੋਂ ਜੁੰਡੇ ਕਦੋਂ ਛੁੱਟਣਗੇ, ਇਕਵਾਮੇ ਮੁਤਹਿਦਾ ਤੋਂ ਕਦੋਂ ਜਾਨ ਛੁੱਟੇਗੀ, ਸਲਾਮਤੀ ਕੌਂਸਲ, ਤੋਲੀਤੀ ਕੌਂਸਲ, ਵਰਕਿੰਗ ਗਰੁੱਪ ਦੇ ਟੂਰ ਅਤੇ UNO ਦੀਆਂ ਸਾਜ਼ਿਸ਼ਾਂ, ਇਹ ਸਾਰੀ ਦਾਸਤਾਨ, ਇਹ ਕਹਾਣੀ ਕਿੱਸਾ। ਇੱਕ ਵੇਲਾ ਆਉਣਾ ਤੁਸੀਂ ਕਹਿਣਾ ਜੁੰਡੇ ਤਾਂ ਹੀ ਛੁੱਟਣੇ ਨੇ, ਕੋਈ ਮੌਲਵੀ ਆਏ, ਕੋਈ ਮੁਜਾਹਿਦ ਆਏ, ਸਦਰੇ ਪਾਕਿਸਤਾਨ ਕੋਈ ਦੀਨਦਾਰ ਹੋਏ, ਹਾਫਜ਼ੇ ਕੁਰਾਨ ਹੋਏ, ਆਲਮੇ ਦੀਨ ਹੋਏ, ਇਸਲਾਮ ਦਾ ਨਿਜ਼ਾਮ ਨਾਫਿਜ਼ ਹੋ ਜਾਏ, ਅੱਲਾਹ ਜ਼ੁਲ ਜਲਾਲ ਦੀ ਕਸਮ ਹੈ ਇਸਲਾਮ ਦਾ ਨਿਜ਼ਾਮ ਨਾਫਿਜ਼ ਹੋ ਜਾਏਗਾ। ਵਲਉ ਅੰਨਾ ਅਹਲਲ ਕੁਰਾ ਆਮਨੂ ਵਤਕਉ ਲਫਤਹਨਾ ਅਲੈਹਿਮ ਬਰਕਾਤਿਮ ਮਿਨਸ ਸਮਾਏ ਵਲ ਅਰਜ਼, ਅਸਮਾਨ ਤੋਂ ਅੱਲਾ ਮੋਤੀ ਬਰਸਾਏਗਾ, ਜ਼ਮੀਨ ਸੋਨਾ ਉਗਲੇਗੀ। ਇਮਾਨ ਤੇ ਬਣਾਓ ਯਾਰ, ਅਕੀਦਾ ਤੇ ਬਣਾਓ। ਹਜ਼ੂਰ ਦਾ ਇੱਕ ਸਾਹਬੀ ਪਿਸ਼ਾਬ ਕਰ ਰਿਹਾ ਅਤੇ ਉਹਦੇ ਨਾ ਗੋਡੇ ਦੇ ਨਾਲ ਨਾ ਚੂਹਾ ਖੋਡੀ 'ਚ ਸੋਨੇ ਦੇ ਦਿਨਾਰ, ਮਿਸ਼ਕਾਤੁਲ ਮਸਾਬੀ ਕਿਤਾਬੁਲ ਰਿਕਾਜ਼ ਹਦੀਸ ਹੈ, ਇੰਝ ਕਰਕੇ ਸੋਨਾ ਇੱਕ ਦਿਨਾਰ ਚੂਹਾ ਖੋਡੀ 'ਚ, ਦੋ ਤਿੰਨ ਚਾਰ 17 ਦਿਨਾਰ ਕਿੰਨੇ ਸੋਨੇ ਦੇ, ਫਿਰ ਰੱਤੇ ਰੁਮਾਲ 'ਚ ਇੱਕ ਵੱਡਾ ਦਿਨਾਰ ਕੱਢ ਕੇ ਲਿਆਇਆ ਅਤੇ ਗੋਡੇ ਨਾਲ ਰੱਖ ਕੇ ਆਪ ਨੱਸ ਗਿਆ। ਸਾਹਬੀ ਵੇਖਿਆ ਉਹ ਮੁੜ ਕੇ ਨਾ ਆਇਆ, ਚੁੱਕ ਕੇ ਦਿਨਾਰ ਘਰ ਨਹੀਂ ਲੱਗਿਆ। ਘਰ ਸਾਡੇ ਤਾਂ ਕਿਸੇ ਦੇ 5 ਰੁਪਈਏ ਡਿੱਗ ਪੈਣ ਦੇ ਉੱਤੇ ਪੈਰ ਰੱਖ ਲੈਂਦਾ ਵੀ ਇਹ ਬਰਾਂ ਹੋਏਗਾ ਤਾਂ ਪਿੱਛੋਂ ਚੁੱਕ ਲਵਾਂਗੇ, ਅਤੇ ਯਾਰ ਜਿਹੜੀ ਹਾਥੀ ਆ ਜਾਏ ਨਾ ਅਤੇ ਹਜ਼ੂਰ ਜੇ ਪਾ ਗਿਆ ਨਾ, ਕੋਈ ਨਹੀਂ ਭੁੱਲ ਭੁਲੇਖੇ ਅੱਲਾ ਲੇਖੇ ਹਰਕਤ ਤੂੰ ਕਰੇ ਅਤੇ ਲਿਖੇ ਅੱਲਾ ਦੇ, ਕਿਲੋ ਚੀਨੀ ਤੋਲਣੀ ਹੋਏ ਨਾ ਉਹਨੂੰ ਉੱਤੋਂ ਛਾਪਰੇ ਪਾ ਕੇ ਨਾ ਅਤੇ ਉੱਤੋਂ ਕੰਡੇ ਸੁੱਟਦੇ ਨੂੰ, ਜਦੋਂ ਥੱਲੇ ਵੱਜਦੀ ਕੰਡਾ ਥੱਲੇ ਜਾਂਦਾ ਨਾਲ ਇਹਨਾਂ ਨੂੰ ਚੁੱਕ ਬਾਬਾ ਲੈ ਜਾ, ਕਿੰਨਾ ਕੁ ਫਰਕ ਪੈ ਜਾ। ਆਹ ਜੇ ਸਾਡੀ ਇਮਾਨਦਾਰੀ, ਇਹ ਸਾਹਬੀ ਨੇ ਸੋਨੇ ਦੇ ਦਿਨਾਰ ਚੁੱਕੇ ਨੇ ਅਤੇ ਮੇਰੇ ਹਜ਼ੂਰ ਦੀ ਖਿਦਮਤ ਦੇ ਅੰਦਰ ਲੈ ਗਿਆ। ਉਹ ਕਹਿ ਦਿਓ ਸੁਭਾਨ ਅੱਲਾਹ, ਹਜ਼ੂਰ ਇੰਝ ਦਿਨਾਰ ਮਿਲੇ, ਫਰਮਾਇਆ ਅੱਛਾ ਤੂੰ ਆਪ ਤਾਂ ਨਹੀਂ ਖੁੱਡ 'ਚ ਕੱਢੇ? ਨਹੀਂ ਨਹੀਂ ਹਜ਼ੂਰ, ਚੂਹੇ ਕੱਢੇ ਨੇ ਜਿਹੜੇ ਰੱਖਣੇ, ਜੇ ਬੈਤਲ ਮਾਲ ਹੀ ਰੱਖ ਲਓ। ਮੇਰੇ ਹਜ਼ੂਰ ਫਰਮਾਉਂਦੇ ਨੇ ਲੈ ਜਾ, ਮੈਂ ਬਰਕਤ ਦੀ ਮੁਹੰਮਦ ਦੁਆ ਫਰਮਾ ਦੇਣਾ। ਸਾਹਬੀ ਆਂਦਾ ਸਾਰੀ ਜ਼ਿੰਦਗੀ ਦਿਨਾਰ ਖਾਂਦਾ ਰਿਹਾ ਮੁੱਕੇ, ਕਿਉਂਕਿ ਦੁਆ ਮੇਰੇ ਕਮਲੀ ਵਾਲੇ ਮਹਿਬੂਬ ਨੇ ਫਰਮਾਈ, ਦੁਆ ਮੇਰੇ ਆਕਾ ਮਦਨੀ ਕਰੀਮ ਨੇ ਫਰਮਾਈ, ਤਵੱਜੋ ਕਰਨਾ ਜ਼ਰਾ, ਮੇਰੇ ਪੈਗੰਬਰ ਦੀਆਂ ਦੁਆਵਾਂ ਲਿਆ ਕਰ, ਬਦੁਆਵਾਂ ਨਾ ਲਿਆ ਕਰ, ਆਓ ਮੇਰੇ ਕਰੀਮ ਆਕਾ ਨਾਲ ਪਿਆਰ ਕਰਨ ਵਾਲੋ, ਤਵੱਜੋ ਕਰਨਾ ਜ਼ਰਾ, ਮੈਂ ਮੁਹੱਬਤ ਦੇ ਪਿਆਰ ਦੀ ਗੱਲ ਕਰਦਾ ਪਿਆ, ਆਓ ਹਸਨੀਨ ਹਸਨੈਨ ਕਰੀਮ ਮੈਂ ਇਹਦਾ ਜ਼ਿਕਰ ਕਰਾਂ ਅਤੇ ਗੱਲ ਮੁਕਾ ਦਿਆਂ, ਮੇਰੇ ਕਰੀਮ ਆਕਾ ਫਰਮਾਉਂਦੇ ਅੱਲਾਹੁਮਾ ਇੰਨੀ ਉਹਿੱਬੁਹੁਮਾ, ਇਹ ਕਾਇਨਾਤ ਦਿਆ ਰੱਬਾ ਮੈਂ ਹਸਨ ਪਾਕ ਨਾਲ ਵੀ ਪਿਆਰ ਕਰਨਾ, ਅੱਲਾ ਮੈਂ ਹੁਸੈਨ ਨਾਲ ਵੀ ਪਿਆਰ ਕਰਨਾ। ਇਸ ਹਦੀਸੇ ਪਾਕ ਦੇ ਅਗਲੇ ਜੁਮਲੇ ਤਵੱਜੋ ਕਰੀ ਜ਼ਰਾ, ਆ ਫਰਮਾਨ ਅੱਲਾ ਮੈਂ ਵੀ ਪਿਆਰ ਕਰਨਾ, ਅੱਲਾ ਤੂੰ ਵੀ ਪਿਆਰ ਕਰਿਆ ਕਰ, ਅੱਲਾ ਜਿਹੜਾ ਦੁਨੀਆਂ ਵਾਲਿਆਂ ਦੇ ਅੰਦਰੋਂ ਮੇਰੇ ਨਵਾਸਿਆਂ ਨਾਲ ਪਿਆਰ ਕਰੇ, ਕਾਇਨਾਤ ਦੇ ਰੱਬਾ ਤੂੰ ਉਹਦੇ ਨਾਲ ਪਿਆਰ ਫਰਮਾ, ਅੱਲਾ ਉਹਦੇ ਨਾਲ ਵੀ ਮੁਹੱਬਤ ਫਰਮਾ। ਇਸ ਵਾਸਤੇ ਮੈਂ ਅਰਜ਼ ਕਰਨਾ ਚਾਹਨਾ, ਪਿਆਰ ਦੀ ਗੱਲ ਕਰਨਾ ਚਾਹਨਾ, ਰੱਖ ਦਿਲ ਵਿੱਚ ਪਿਆਰ ਅਲੀ ਦੇ ਬੱਚਿਆਂ ਦਾ, ਜਿਹਨੂੰ ਮੇਰੀ ਗੱਲ ਸਮਝ ਆਈਏ ਫਿਰ ਕਹਿ ਦਿਓ ਸੁਭਾਨ ਅੱਲਾ। ਰੱਖ ਦਿਲ ਵਿੱਚ ਪਿਆਰ ਅਲੀ ਦੇ ਬੱਚਿਆਂ ਦਾ, ਬਣ ਜਾਤਾ ਬੇਦਾਰ ਅਲੀ ਦੇ ਬੱਚਿਆਂ ਦਾ, ਅੱਲਾ ਦਾ ਮਹਿਬੂਬ ਬੰਦਾ ਬਣ ਜਾਵੇ, ਜਿਹੜਾ ਵੀ ਹੁਬਦਾਰ ਅਲੀ ਦੇ। ਸਾਰੇ ਪੜੋ ਜ਼ਰਾ, ਜਿਹੜੇ ਅਲੀ ਪਾਕ ਨੂੰ ਮੰਨਦੇ ਜੇ, ਸੁਨੈਨ ਕਰੀਮ ਮੈਨੂੰ ਮੰਨਦੇ ਜੇ, ਰੱਖ ਦਿਲ ਵਿੱਚ ਪਿਆਰ ਅਲੀ ਦੇ,
ਉਦੋਂ ਤਕਰੀਰ ਮੁਕਾਣੀ ਜਦੋਂ ਸਾਰੇ ਬੋਲ ਕੇ ਬੋਲੋਗੇ, ਨਹੀਂ ਤੇ ਗੱਲ ਲੰਬੀ ਵੀ ਹੋ ਜਾਏਗੀ। ਰੱਖ ਦਿਲ ਵਿੱਚ ਪਿਆਰ ਅਲੀ ਦੇ, ਗਾਲੀਆਂ ਨਾ ਦਿਆ ਕਰ, ਮੰਦਾ ਨਾ ਬੋਲਿਆ ਕਰ, ਫਤਵੇ ਨਾ ਲਾਇਆ ਕਰੇ, ਮੁਨਕਰ ਨੇ ਕਰੀਬ ਆ ਕੇ ਸੁਣਿਆ ਕਰ। ਰੱਖ ਦਿਲ ਵਿੱਚ ਪਿਆਰ ਅਲੀ ਦੇ, ਬੱਚਿਆਂ ਦਾ ਬਣ ਜਾਤਾ ਬੇਦਾਰ ਅਲੀ ਦੇ, ਬੱਚਿਆਂ ਦਾ ਅੱਲਾ ਦਾ ਮਹਿਬੂਬ ਉਹ ਬੰਦਾ ਬਣ ਜਾਵੇ, ਜਿਹੜਾ ਵੀ ਉਹ ਬਦਾਰ ਅਲੀ ਦੇ ਬੱਚਿਆਂ ਦਾ। ਔਰ ਬੜੇ ਪਿਆਰ ਵਾਲੀ ਗੱਲ ਤਵੱਜੋ ਕਰਨਾ ਜ਼ਰਾ, ਬੜੇ ਮੁਹੱਬਤ ਦਾ ਪੈਗਾਮ ਦੇਣਾ ਚਾਹਨਾ। ਅੱਲਾ ਜ਼ੁਲ ਜਲਾਲ ਦੀ ਕਸਮ ਹੈ, ਰੱਬ ਦੇ ਪਾਕ ਕੁਰਾਨ ਗਵਾਈਆਂ ਦਿੱਤੀਆਂ ਨੇ, ਐਸਾ ਹੈ ਕਿਰਦਾਰ ਅਲੀ ਦੇ ਬੱਚਿਆਂ ਦਾ। ਅੱਲਾ ਪਾਕ ਨੇ ਮੇਰੇ ਪੈਗੰਬਰ ਦੇ ਨਿਵਾਸੀਆਂ ਨੂੰ ਇਸ਼ਾਨ ਤਾਂ ਫਰਮਾਈਏ, ਸੁਣੋ ਹਦੀਸ ਪਾਕ, ਤੇਰੇ ਸੀਨੇ ਠੰਡ ਪਾ ਦਿਆਂ, ਉਮਾਰ ਹਾਂ ਨਾ ਯਾ ਮਿਹਨਤ ਦੁਨੀਆ। ਮੇਰੇ ਕਰੀਮ ਆਕਾ ਫਰਮਾਉਂਦੇ ਨੇ, ਲੋਕੋ ਮੇਰੇ ਦੁਨੀਆ ਦੇ ਦੋ ਫੁੱਲ ਨੇ, ਇੱਕ ਫੁੱਲ ਮੇਰਾ ਹਸਨ ਪਾਕੇ, ਇੱਕ ਫੁੱਲ ਮੇਰਾ ਹੁਸੈਨ। ਹਸਨ ਪਾਕ ਨਾਲ ਪਿਆਰ ਕਰਿਆ ਕਰੋ, ਹੁਸੈਨ ਪਾਕ ਨਾਲ ਪਿਆਰ ਕਰਿਆ ਕਰ। ਲਓ ਆਖਰੀ ਹਦੀਸ ਪਾਕ ਤੇ ਗੱਲ ਮੁਕਾ ਦਿਆਂ, ਜ਼ਰਾ ਜ਼ੌਕ ਨਾਲ ਸ਼ੌਕ ਨਾਲ ਦਰੂਦ ਪਾਕ ਪੜ। ਸਰਕਾਰ ਮਦੀਨਾ ਜਨਾਬ ਮੁਹੰਮਦ, ਗੱਜ ਵੱਜ ਕੇ ਜ਼ਰਾ ਗੱਜ ਵੱਜ ਕੇ, ਜਨਾਬ ਮੁਹੰਮਦ। ਸਾਰੇ ਸਾਹਬਾਂ ਨਾਲ ਪਿਆਰ ਕਰਿਆ ਕਰ, ਨਫ਼ਰਤ ਨਾ ਕਰਿਆ ਕਰ, ਸਿੱਦੀਕ ਨਾ ਪਿਆਰ ਕਰਿਆ ਕਰ, ਫਾਰੂਕ ਨਾ ਪਿਆਰ ਕਰਿਆ ਕਰ, ਉਸਮਾਨ ਹੈਦਰੇ ਕਰਾਰ, ਅਸ਼ਰਾ ਮੁਬਸ਼ਰਾ, ਬਦਰ ਵਾਲੇ, ਉਹਦ ਵਾਲੇ, ਤਬੂਕ ਯਰਮੂਕ ਵਾਲੇ, ਸਾਰੇ ਸਾਹਬਾਂ ਨਾਲ ਪਿਆਰ ਕਰਿਆ ਕਰ। ਕਿਉਂ ਪਿਆਰ ਕਰਨਾ ਹੈ? ਉਹਨਾਂ ਦਿੱਤੀਆਂ ਨੇ ਜਾਨਾਂ ਨਾਲੇ ਮਾਲ ਦਿੱਤੇ ਨੇ, ਤਾਈਓ ਰੱਬ ਨੇ ਵੀ ਰੁਤਬੇ ਕਮਾਲ ਦਿੱਤੇ ਨੇ। ਸਾਰੇ ਸਾਹਬਾਂ ਦੀ ਵਾਰੀ ਇੱਥੇ ਢਿੱਲੇ ਹੋ ਗਏ, ਸੱਜਾ ਹਾਂ ਚੁੱਕੋ ਮੈਂ ਬੇਦਾਰ ਕਰਾਂ। ਉਹਨਾਂ ਦਿੱਤੀਆਂ ਨੇ ਜਾਨਾਂ ਨਾਲੇ ਮਾਲ ਦਿੱਤੇ ਨੇ, ਤਾਈਓ ਰੱਬ ਨੇ ਵੀ ਰੁਤਬੇ ਕਮਾਲ ਦਿੱਤੇ ਨੇ। ਨਬੀ ਦੇ ਇਸ਼ਾਰਿਆਂ 'ਤੇ ਕੁਰਬਾਨ ਹੋ ਗਏ, ਨਬੀ ਦੇ ਇਸ਼ਾਰਿਆਂ 'ਤੇ ਕੁਰਬਾਨ ਹੋ ਗਏ, ਜੰਨਤਾਂ ਦੇ ਉਹਨਾਂ ਲਈ ਐਲਾਨ ਹੋ ਗਏ, ਕਾਰੋਬਾਰ ਬੀਵੀ ਨਾਲੇ ਬਾਲ ਦਿੱਤੇ ਨੇ, ਤਾਈਓ ਰੱਬ ਨੇ ਵੀ ਰੁਤਬੇ ਕਮਾਲ ਦਿੱਤੇ ਨੇ। ਮਾਸ਼ਾਅੱਲਾ ਜੀ, ਤੇ ਜਾਗ ਪਏ ਸਾਰੇ, ਪਹਿਲੇ ਮਾਰ ਦੇਣਾ ਸੀ। ਇੱਧਰ ਤਵੱਜੋ ਕਰੋ ਭਾਈ, ਗੱਲ ਮੁਕਾਉਣ ਲੱਗਿਆਂ। ਸਹਾਬਾ ਦਿੱਤੀਆਂ ਨੇ ਜਾਨਾਂ ਨਾਲੇ ਮਾਲ ਦਿੱਤੇ ਨੇ, ਓਏ ਸਹਾਬਾ ਮਾਲ ਦਿੱਤੇ, ਜਾਨਾਂ ਦਿੱਤੀਆਂ, ਤੁਸੀਂ ਸੁਭਾਨ ਲਈ ਦੇ ਛੱਡੋ, ਪਿਛਲੇ ਮਹੱਲਾ ਵੀ ਸਾਰਾ। ਹਬਸ਼ੀ ਨੂੰ ਵੇਖ ਲੈ ਤੂੰ, ਜ਼ਰਾ ਵੀ ਨਹੀਂ ਡੋਲਿਆ, ਬਲਦਿਆਂ ਕੋਲਿਆਂ ਤੇ ਹੌਲੀ ਨਹੀਂ ਜੇ ਬੋਲਿਆ, ਕੈਸੇ ਸਾਨੂੰ ਹੌਸਲੇ ਬਿਲਾਲ ਦਿੱਤੇ ਨੇ, ਤਾਈਓ ਰੱਬ ਨੇ ਵੀ ਰੁਤਬੇ ਕਮਾਲ ਦਿੱਤੇ ਨੇ। ਇੱਕ ਗੱਲ ਤੁਹਾਨੂੰ ਸੁਣਾਵਾਂ, ਉਹ ਥੱਕੇ ਤੇ ਨਹੀਂ ਜੇ, ਇੱਕ ਗੱਲ ਛੋਟੀ ਜੀ ਸੁਣੋ, ਬਿਲਾਲ ਕਹਿ ਦਿਓ ਰਜ਼ੀ ਅੱਲਾਹ ਤਾਲਾ, ਉਹ ਸਾਰੇ ਕਹੋ ਰਜ਼ੀ ਅੱਲਾਹ ਤਾਲਾ। ਇਹ ਬਿਲਾਲ ਨੂੰ ਨਾ ਹਜ਼ੂਰ ਫਰਮਾਉਂਦੇ ਨੇ, ਅੱਲਾਹ ਕਿਆਮਤ ਨੇ ਅਸੀਂ ਡਾਚੀ 'ਤੇ ਬਿਠਾਏਗਾ ਜਿਹਦੀਆਂ ਖੁਰੀਆਂ ਸੋਨੇ ਦੀਆਂ ਹੋਣਗੀਆਂ, ਜਿਹੜੀ ਕਾਠੀ ਹੋਏਗੀ ਨਾ ਅਤੇ ਮੁਹਾਰਾਂ ਹੋਣਗੀਆਂ, ਉਹ ਯਾਕੂਤ ਮਰਜਾਨ ਦੀਆਂ ਹੋਣਗੀਆਂ। ਬਿਲਾਲ ਡਾਚੀ 'ਤੇ ਬਹਿ ਕੇ ਅੱਗੇ ਹੋਏਗਾ, ਨਬੀ ਪਾਕ ਫਰਮਾਉਂਦੇ ਨੇ ਕਿਆਮਤ ਤੱਕ ਜਿੰਨੇ ਬਾਂਗੇ ਨੇ ਅਜ਼ਾਨਾ ਕਹਿਣ ਵਾਲੇ ਬਿਲਾਲ ਦੇ ਪਿੱਛੇ ਹੋਣਗੇ, ਬਿਲਾਲ ਲੈ ਕੇ ਜੰਨਤ ਵੜ ਜਾਏਗਾ। ਇੱਕ ਹੋਰ ਸੁਣਾਵਾਂ ਤੁਹਾਨੂੰ, ਤੁਹਾਡਾ ਦਿਲ ਸੀਨੇ ਠੰਡ ਪੈ ਜਾਵੇ। ਇੱਕ ਦਿਨ ਬਿਲਾਲ ਆਉਂਦੇ ਨੇ, ਹਜ਼ੂਰ ਨਾ ਸਾਹਾਬਾ ਦੀ ਮਹਿਫਲ, ਮੈਂ ਸਭ ਤੋਂ ਪਹਿਲੇ ਜੰਨਤ ਜਾਣਾ ਹੈ। ਸਾਹਾਬਾ ਕਹਿੰਦੇ ਉਹਨੂੰ, ਸਭ ਤੋਂ ਪਹਿਲੇ ਤਾਂ ਨਬੀ ਪਾਕ ਜਾਣਾ ਹੈ।
आंदे ने तुसी नबी पाक को पुछ लो मैं जाना है। सहाबा आंदे ने हजूर बिलाल आंदा मैं पहले जन्नत जाना। आप फरमाते ने बिलाल पहले तो मैं जाना तू कि जाना। आंदे ने हजूर तुसा खुद ही तो फरमाया बे मैं जिहड़ी डाची ते सवार होना है ना उहदी मुहार बिलाल पकड़ी होनी है ते तुसां ते डाची ते होना है ते मुहार पकड़ के अगे ते मैं ही होना है पहले जन्नत मैं ही जाना है। नबी पाक अली सलाम दे सारे साहबा शान वाले मुकाम वाले आओ हदीसे पाक ते गल मुका दिया। हुजरा आयशा सिद्दीका इधर तवज्जो करी गल मुकन लगी है। मेरे पैगंबर दा घर ओ घर 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 की है घर वालियां दी शान सुनदे पियो ना घर वालियां दी शान दे ते क्या कहने जिवें कल्ले घर दी गल करां ना घर घर हजूर दे घर दी मिट्टी दी गल करां ते हजूर फरमांदे ने दुनिया ते जन्नत वेखनी होए ते अम्मी आयशा दा घर मेरा घर ते मस्जिद दे नबवी दे मिंबर तक जिन्नी थां है अल्लाह इहनू जन्नत दा बाग बना दित्ता है। माँ बई ना बई थी वह मिम्बरी रोजा तुम मेरे हाजिल जन्ना दुनिया ते अल्लाह ने जन्नत दा बाग पैगंबर दा घर बना दिता है। और जिहड़ा पैगंबर दा घर है ही जन्नत घर दे अंदर रहन वाले दे जन्नती होने शक हो सकदा जिहड़ा शक करे ओ बेईमान ओ परले दर्जे दा लईन बदबख्त होने दे अंदर कोई शक हो सकदा हुजूर दे घराने दे जन्नती होण दे अंदर शक हो सकदा। नबी पाक अली सलाम नाल प्यार करन वालो हुजरा आयशा सिद्दीका मेरे पैगंबर तशरीफ फरमा इधर तवज्जो करया एक पासे हसन पाक एक पासे हुसैन पाक सुनो तेरे सीने ठंड पवे हदीसे पाक सुन गल मुकाइए। हुजूर एक पासे हसन पाक एक पासे नबी पाक कुश्ती कराण लगे ने की कराण लगे ने कोल किदा हसन पाक दा ते हुसैन पाक दा कोल होण लगा ओए तुहाडे मेरे कोल होए क्रिकेट मैच होए कबड्डी मैच होए असी मेहमाने खुशी एम एन ए बुलाने एम पी ए बुलाने वजीर साहब इंज हुंदा कि नहीं चेयरमैन साहब आ जाओ इंज हुंदा कि नहीं आ भी मैच जे सुनिया जे जरा। नबी पाक अली सलातो सलाम हसन पाक वाले नबी पाक अली सलाम हसन पाक वाले पासे खड़े ने हुसैन हुसैन पाक एक पासे हसन पाक ते नबी पाक अली सलाम कुश्ती करा रहे ने मेरे पैगंबर फरमाते ने खुज या हसन खुज या हसन खुज या हसन माना की बनता है हसन पाक हुसैन पाक नो फड़ ले यानी इनो गिरा ले नबी पाक फरमाते खुज या हसन। अम्मी फरमांदियां ने महबूबा मैं जदों दी वेंदी पईआं तुसियां दिओ हसन फड़ लै हसन फड़ लै हसन फड़ लै। हुसैन पाक दा नाम नहीं लेंदे पए आओ हुसैन पाक दा भी नाम लै लो मेरे करीमा क फरमांदे ने आयशा जदों कोल शुरू होण लगा है आसमाना दा जिबरील आ गया है हुसैन पाक वाले पासे जिबरीले अमीन आ गया है। ये मैच कैसा शानदार कैसा अजमत वाला है अल्लाह जुल जलाल दी कसम है जिस कोल जिस मैच दे मेहमाने खसूसी एक नबियां दा इमाम है एक नूरियां दा सरदार है ते नबी पाक अली सलाम फरमाते ने आयशा जदों मैं कहना वा खुज या हसन उधरों जिबरील कहिंदा खुज या हुसैन खुज या हुसैन हुसैन फड़ ले ए जे मेरे पैगंबर दे शहजादे लखते जिगर इस वास्ते मैं अर्ज करना चाहना अली दा प्यारा ए फातिमा दा चैन वेड़े विच नाने नाल खेड़दा हुसैन अली दा प्यारा ए फातिमा दा चैन वेड़े विच नाने नाल खेड़दा हुसैन हुसैन पैदा होया जहरा खुशियां मनाइयां ने हुसैन पैदा होया जहरा खुशियां मनाइयां ने कड़ियां रहमतां रब ने वखाइयां ने
ਵੇੜੇ ਵਿੱਚ ਵੀਰ ਨੂੰ, ਵੇੜੇ ਵਿੱਚ ਵੀਰ ਨੂੰ ਖਿਡਾਉਂਦੀ ਇੱਕ ਭੈਣ ਅਲੀ ਦਾ ਪਿਆਰਾ ਏ ਫਾਤਿਮਾ ਦਾ ਚੈਨ ਵੇੜੇ ਵਿੱਚ ਨਾਨੇ ਨਾਲ ਖੇਡਦਾ ਹੁਸੈਨ ਹੁਸੈਨ ਪੈਦਾ ਹੋਇਆ ਜ਼ਹਰਾ ਖੁਸ਼ੀਆਂ ਮਨਾਈਆਂ ਨੇ ਘੜੀਆਂ ਏ ਰਹਿਮਤਾਂ ਰੱਬ ਨੇ ਵਿਖਾਈਆਂ ਨੇ ਵੇੜੇ ਵਿੱਚ ਵੀਰ ਨੂੰ ਖਿਡਾਉਂਦੀ ਇੱਕ ਭੈਣ ਅਲੀ ਦਾ ਪਿਆਰਾ ਏ ਫਾਤਿਮਾ ਦਾ ਚੈਨ ਵਿਹੜੇ ਵਿੱਚ ਨਾਨੇ ਨਾਲ ਖੇਡਦਾ ਅੱਲਾ ਹੁਸੈਨ ਪਾਕ ਨਾਲ ਪਿਆਰ ਨਸੀਬ ਫਰਮਾਏ, ਹਸਨ ਪਾਕ ਨਾਲ ਪਿਆਰ ਨਸੀਬ ਫਰਮਾਏ, ਅੱਲਾ ਨਬੀ ਪਾਕ ਦੇ ਘਰਾਨੇ ਨਾਲ ਪਿਆਰ ਨਸੀਬ ਫਰਮਾਏ, ਅੱਲਾ ਤੁਹਾਡਾ ਆਉਣਾ ਬੈਠਣਾ ਸੁਣਨਾ ਔਰ ਸਾਡਾ ਗੁਨਾਹਗਾਰਾਂ ਦਾ ਸੁਣਾਉਣਾ ਅੱਲਾ ਕਬੂਲ ਫਰਮਾਏ। ਸੁਬਹਾਨ ਰੱਬਿਕਾ ਰੱਬਿਲ ਇੱਜ਼ਤ ਅੰਮਾ ਯਸਿਫੂਨ, ਵਸਲਾਮੁਨ ਅਲਲ ਮੁਰਸਲੀਨ, ਵਲਹਮਦੁਲਿਲਾਹਿ ਰੱਬਿਲ ਆਲਮੀਨ।